जिला तरन तारण के अधीन आउंदे पिंड कंग दी वसनीक गुरमीत कौर पत्नी कश्मीर सिंह ने पत्रकारा दे सामने रोंदिया होया कहा कि मेरे पुत्र दी मौत हो गई सी अते मैं अपने पोतरे साहिलप्रीत नू बहुत मुश्किलां नाल पाल के वड्डा कीता सी जिसका व्याह पिंड मुगलचक बलदेव सिंह दी लड़की सरबजीत कौर नाल होया पर व्याह तो बाद विच मेरे पोतरे नू उसका सहुरे परिवार तंग परेशान करन लग पिया अते अखीर विच मेरे पोतरे नू जहर दे के मार दिता गया जिस दी पुलिस ने कोई भी कार्रवाई नहीं कीती गई। इस संबंधी मैं कई बार प्रशासन दे उच्च अधिकारियों नू अपने साबका मुख्यमंत्री चरणजीत चन्नी नू भी दरखास्ता दे चुकी हाँ पर मेरी कोई भी सुनवाई नहीं हुई। गुरमीत कौर ने उस समय दे चौंकी कंग इंचार्ज निर्मल सिंह ते भी दोष लाउंदिया होया कहा कि मेरे पोतरे दे कतल दा मामले विच चौंकी कंग इंचार्ज निर्मल सिंह ने भी कोई कार्रवाई नहीं की। पैसे लैके 174 की कार्रवाई करके मेरे पोतरे की लाश का संस्कार करवा दिता। हुण मैं दुखी होकर प्रशासन के उच्च अधिकारी के दफ्तर सामने अपनी आत्महत्या करांगी जिसकी जिम्मेवारी प्रशासन की होगी। ਕੀ ਨਾਮ ਜੀ? ਮੇਰਾ ਨਾਮ ਗਰਮੀਤ ਕੌਰ। ਕਿਹੜਾ ਪਿੰਡ ਹੈ? ਮੇਰਾ ਕੰਗ ਦਾ। ਇਹ ਕੀ ਕਹਾਣੀ ਹੈ ਤੁਹਾਡੀ ਸਾਰੀ? ਇਹ ਕਹਾਣੀ ਸਾਡੀ ਮਹਾਰਾਜ ਪੁੱਛਣਾ ਮੇਰਾ ਬੇਟਾ ਮਾਰ ਦਿੱਤਾ ਨਰੂਲ ਸਿੰਘ ਨੇ ਤੇ ਸਹੁਰੇ ਪਰਿਵਾਰ ਨੇ ਰਲ ਕੇ ਬਹੁਤ ਸਾਡਾ ਧੋਖਾ ਕੀਤਾ ਸਾਡੇ ਨਾਲ। ਉਹਨੇ ਹੁਣ ਬੇਟੇ ਨੇ ਰੋਟੀ ਦੇਣੀ ਹੁਣ 1 ਸਾਲ ਅਤੇ 4 ਮਹੀਨੇ ਹੋ ਗਏ ਧੱਕੇ ਖਾਧਿਆਂ ਦਿੱਲੀ ਚੰਡੀਗੜ੍ਹ ਅਤੇ ਸਾਨੂੰ ਕਿਸੇ ਬੰਨੇ ਨਹੀਂ ਲਾਇਆ ਮੁਲਾਜ਼ਮ ਕਰਕੇ ਨਿਰਮਲ ਸਿੰਘ ਹੀ ਚੌਂਕੀ। ਨਿਰਮਲ ਸਿੰਘ ਕੌਣ ਆ ਅਤੇ ਕਿੱਥੇ ਚੌਂਕੀ? ਚੌਂਕੀ ਇੰਚਾਰਜ ਇੱਥੇ ਸਾਡੇ ਪਿੰਡ ਕੰਗ ਲੱਗਾ ਹੈ। ਮੇਰਾ ਬੱਚਾ ਪਰਤੀ ਵੀ ਹੋਇਆ ਸੀ ਬਹੁਤ ਸੋਹਣਾ ਮੈਂ ਪੜ੍ਹਾਇਆ ਛੋਟਿਆਂ ਦੇ ਦੀ ਮਾਂ ਝਲਕੀ ਛੱਡ ਕੇ ਪਰ ਮੈਨੂੰ ਉਹਦਾ ਬਹੁਤ ਦੁੱਖ ਆ। ਮੈਂ SSP ਦੇ ਸਾਹਮਣੇ ਬੜੀਆਂ ਦਰਖਾਸ਼ਾਂ ਖੜੀਆਂ ਸਾਨੂੰ ਪਜਾ ਦਿੰਦਾ ਵਾ। ਹੁਣ ਵੀ ਥੋੜ੍ਹੇ ਦਿਨ ਹੋ ਗਏ ਸਾਨੂੰ ਆਉਂਦਾ ਭਾਜਾ ਭਾਜਾ ਮਾਤਾ ਕੋਈ ਨਹੀਂ ਉੱਤੇ ਕੌ ਕਾਨੂੰਨਵਾਈ ਹੋ ਸਕਦੀ। ਤੇਰਾ ਬੱਚਾ ਆਪੇ ਮਰਿਆ ਵਾ ਮੈਂ ਉਹ ਕਿਸ ਤਰ੍ਹਾਂ ਮਰ ਗਿਆ? ਕਿੰਨੀ ਤਰੀਕ ਨੂੰ ਮਤੇ ਬੱਚੇ ਡੈਥ ਹੋਈ ਆ? ਕੀ ਆ ਸਾਰਾ ਮਸਲਾ ਕੀ ਅਸਰ ਆਏ? ਮਸਲਾ ਮੈਨੂੰ ਹੁਣ ਤਰੀਕ ਦਾ ਤਾਂ ਵੀਰ ਪਤਾ ਨਹੀਂ ਪਿਛਲੇ ਸਾਲ ਦੇ 4th ਮਹੀਨੇ 'ਚ ਹੋਇਆ। ਹਾਂਜੀ ਹਾਂ। ਕਿੰਨਾ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਕੀ ਕਿਸ ਵਜ੍ਹਾ ਨਾਲ ਮਰਿਆ? ਸਾਰੀ ਕਿਸ ਵਜ੍ਹਾ ਨਾਲ ਮਰਿਆ ਮਹਾਰਾਜ? ਮੇਰਾ ਬੱਚਾ ਮਰ ਗਿਆ ਵਾ ਸਹੁਰਿਆਂ ਦੀ ਵਜ੍ਹਾ ਨਾਲ। ਸਹੁਰਿਆਂ ਮਰਵਾ ਦਿੱਤਾ ਇਹ ਥਾਣੇਦਾਰ ਨੇ ਪੈਸੇ ਖਾ ਲਏ ਉਹਨਾਂ ਕੋਲ। ਉਹ ਲਟੇਰੇ ਸੀ ਉਹਨਾਂ ਅੱਗੇ ਵੀ ਬਾਹਮਣ ਮਾਰਿਆ ਸੀ ਉਹਨਾਂ ਬਾਹਮਣ ਮਾਰਿਆ ਉਹਨਾਂ ਦਾ ਦਿਲ ਵਧਿਆ। ਮੇਰੇ ਬੱਚੇ ਨੂੰ ਬਹੁਤ ਤੰਗ ਕਰਦੇ ਬਹੁਤ ਕਦੇ ਗਲੋਂ ਫੜ ਲੈਂਦੇ ਸੀ ਆਣ ਕੇ ਕਦੇ। ਫਿਰ ਉਹ ਇੱਕ ਬਾਹਮਣੀ ਲੈ ਆਏ ਕੱਢ ਕੇ ਉਹਦੇ ਕੋਲ ਮਾਇਆ ਬੜੀ ਸੀ ਉਹਨੂੰ ਸਾਡੇ ਘਰ ਮਾਰ ਦੇਣ ਲੱਗੇ। ਅਸੀਂ ਉਹ ਛਡਵਾ ਦਿੱਤੀ ਭਜਾ ਦਿੱਤੀ ਪਤਾ ਨਹੀਂ ਉਹਦੇ ਕਾਰਨ 'ਚ ਸਾਡਾ ਬੱਚਾ ਮਰਵਾ ਦਿੱਤਾ ਇਹਨਾਂ ਕੀ ਕਰ ਦਿੱਤਾ। ਜਿਹੜਾ ਨਿਰਮਲ ਸਿੰਘ ਆ ਨਿਰਮਲ ਸਿੰਘ ਕੌਣ ਆ? ਨਿਰਮਲ ਸਿੰਘ ਦਾ ਕੀ ਮੈਟਰ ਵਿੱਚ ਇਹਦੇ? ਉਹਨੂੰ ਜੇ ਨਾ ਫੜਾਇਆ ਹੈ ਠੀਕ ਹੈ ਹਾਂ ਫੜਾ ਦਿੰਦੇ ਰੋਜ਼ ਹੀ ਰੋਜ਼ ਹੀ। ਸਰਪੰਚ ਵੀ ਉਹ ਮੌਕੇ ਦਾ ਗਵਾਹ ਹੈਗਾ ਹੁਣ ਅੱਜ ਮੁੱਕਰ ਜੇ 20 ਵਾਰ ਮੁੱਕਰ ਜੇ ਸਾਡੇ ਨਾਲ ਗਿਆ ਵਾ ਪਰ ਨਾ ਥਾਣੇਦਾਰ ਲੱਭਾ ਨਾ ਮੇਰਾ ਮੁੰਡਾ ਲੱਭਾ। ਦੋ ਘੰਟੇ ਹਾਂਜੀ ਕੀ ਮੰਗ ਕਰਦੇ? ਮੰਗ ਕਰਦੇ ਵੀ ਮੈਂ ਉਹ 'ਤੇ ਦਫ਼ਾ ਨਹੀਂ ਕੋਈ ਲੱਗੀ ਥਾਣੇਦਾਰ ਦਾ ਕਰਕੇ ਲੱਗਣੀ ਚਾਹੀਦੀ। ਹੁਣ ਤੱਕ ਦਰਖਾਸ਼ਾਂ ਕਿੱਥੋਂ ਤੱਕ ਦੇ ਆਏ? ਕੀ ਕਾਰਨ ਕੀ ਜਿਹੜੀ ਸੁਣਵਾਈ ਨਹੀਂ? ਸੁਣਵਾਈ ਹੋਈ ਨਹੀਂ ਵੀ ਥਾਣੇਦਾਰ ਦਾ ਕਰਕੇ ਨਹੀਂ ਆਉਂਦੇ ਮੁਲਾਜ਼ਮ ਕਰਕੇ ਬਚਾਈ ਜਾਂਦਾ। ਦਿੱਲੀ ਵੀ ਦਿੱਤੀਆਂ ਚੰਡੀਗੜ੍ਹ ਚੰਨੀ ਨੂੰ ਵੀ ਜਿਹੜੀ ਪਹਿਲੀ ਸਰਕਾਰ ਗਈ ਆ ਅਕਾਲੀਆਂ ਦੀ ਉਹਨਾਂ ਨੂੰ ਵੀ ਬਹੁਤ ਖੱਜਲ ਖਵਾਰੀ ਸਾਡੇ ਨਾਲ ਹੋਈ ਆ। ਅਸੀਂ ਪੈਸੇ ਲੋਕਾਂ ਕੋਲ ਮੰਗ ਕੇ ਫਿਰ ਜਾਂਦੇ ਰਹੇ ਸਾਡੇ ਕੋਲ ਰੋਟੀ ਦਾ ਆਸਰਾ ਵੀ ਨਹੀਂ ਹੁਣ ਹੈਗਾ। ਜਿਸ ਤਰ੍ਹਾਂ ਤੁਸੀਂ ਪਹਿਲੀਆਂ ਸਰਕਾਰਾਂ ਦੀ ਗੱਲ ਕੀਤੀ ਆ ਕਿ ਕਾਂਗਰਸ ਸਰਕਾਰ ਅਤੇ ਅਕਾਲੀ ਹਾਂ ਦੋਵਾਂ ਕੋਲੇ ਪਹੁੰਚੇ ਪਰ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਆ ਭਗਵੰਤ CM ਮੰਗਵਾਉਣ ਦੀ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਇਹਨਾਂ 'ਤੇ ਦਫ਼ਾ ਲੱਗਣੀ ਚਾਹੀਦੀ ਆ। ਇਹ ਮੇਰੇ ਬੱਚੇ ਦੇ ਜਿਹੜੇ ਕਾਤਲ ਅੰਦਰ ਆਉਣੇ ਚਾਹੀਦੇ ਆ ਪਰਚਾ ਨਹੀਂ ਦਰਜ ਕਰਨਾ ਭਲਾ ਅਸੀਂ ਖੱਜਲ ਖਵਾਰੀ ਅਸੀਂ ਹੁਣ ਆਪਣਾ ਆਪ ਗਵਾ ਲੈਣਾ ਦੋਵਾਂ ਜੀਆਂ ਨੇ ਅਸੀਂ ਆਪਣਾ ਤੇਲ ਪਾ ਕੇ ਸੜ ਜਾਣਾ। ਦੇਖਣ 'ਚ ਆਇਆ ਵੀ ਉਹਨਾਂ ਵੱਲੋਂ ਇਨਕੁਆਇਰੀ ਕੀਤੀ ਗਈ ਆ? ਹਾਂ ਇਨਕੁਆਇਰੀ ਕੀਤੀ ਗਈ ਆ ਝੂਠੀ ਕਰ ਲਈ ਝੂਠੀ ਕੀਤੀ ਜਿਹੜੇ ਇਨਕੁਆਇਰੀ ਦਿੱਤੇ ਗੁੱਜਲ ਵਗੈਰਾ ਲੱਗੇ ਹਾਂ ਮੇਰੇ ਝੂਠੇ ਲੈ ਉਹ ਤੁਹਾਡੇ ਨਹੀਂ ਹੈ? ਨਹੀਂ ਸਾਡੇ ਨਾ ਸਾਨੂੰ ਪੁੱਛ ਗੁਰਮੀਤ ਕੌਰ ਮੈਂ ਕਿਹੜਾ ਪਿੰਡ ਹੈ ਜੀ? ਕੰਗ ਜੀ ਕੰਗ। ਕੀ ਕਹਾਣੀ ਹੈ ਸਾਰੀ ਜੀ? ਕਹਾਣੀ ਮੇਰੇ ਬੱਚੇ ਨੂੰ ਉਹਦੇ ਸਹੁਰੇ ਬੜਾ ਤੰਗ ਕਰਦੇ ਮੁੜ ਕੇ ਪੁਲਿਸ ਨਾਲ ਗੈਰ ਵਾਲਾ ਨਿਰਮਲ ਸੋਨਾ ਨਿਰਮਲ ਸੋ ਪੈਸੇ ਖਾ ਗਿਆ ਉਹਨਾਂ ਕੋਲ ਅਤੇ ਮੇਰੇ ਬੱਚੇ ਨੂੰ ਬਹੁਤ ਪਰੇਸ਼ਾਨੀ ਤੰਗ ਕਰਦਾ ਹੈ ਜਦੋਂ ਜੀ ਕਰਦਾ ਚੁੱਕ ਕੇ ਲੈ ਜਾਂਦਾ ਸੀ ਭਲਾ ਸਾਡਾ ਬੱਚਾ ਸਾਰੇ ਪਿੰਡ ਵਿੱਚੋਂ
ਕਿਤੇ ਨਿੱਲ ਨਹੀਂ ਸੀ, ਕੋਈ ਗੱਲ ਨਹੀਂ ਸੀ, ਨਾ ਉਹ ਕਿਤੇ ਖਾਣ ਵਾਲਾ ਸੀ ਨਾ ਪੀ। ਬੱਚਾ ਬੜਾ ਭਰਤੀ ਹੋਇਆ ਸੀ, ਮਾਰ ਦਿੱਤਾ ਨਹੀਂ, ਅਭਾ ਲੱਖ ਕਰ ਦਿੱਤਾ। ਅਸੀਂ ਗਏ ਆ ਲੱਭਣਾ, ਨਹੀਂ ਲੱਭਾ ਸਾਨੂੰ। ਦੋ ਘੰਟਿਆਂ ਤੋਂ ਬਾਅਦ ਕੋਈ ਕੋਈ ਸਾਹ ਸੀ, ਮੁੜ ਕੇ ਅਸੀਂ ਤਰਨ ਤਾਰਨ ਲੈ ਗਏ ਹਾਂ, ਉੱਥੇ ਜਾ ਕੇ ਮੌਤ ਹੋ ਗਈ ਆ। ਇੰਨੇ ਨਿਰਮਲ ਸੋਹਣੇ ਬਹੁਤ ਸਾਨੂੰ ਤੰਗ ਕੀਤਾ, ਮੈਥੋਂ ਪੈਸੇ ਮੰਗਦਾ ਸੀ, ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਮੌਕੇ 'ਤੇ। ਕੀ ਕਾਰਨ ਹੈਗਾ ਕਿ ਕਿਹੜੀ ਗੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ? ਪਰੇਸ਼ਾਨ ਕਰਦਾ ਸੀ ਵੀ ਉਹਦਾ ਸਹੁਰਾ। ਹਾਂਜੀ, ਕੀ ਨਾਮ ਜੀ? ਹਾਂਜੀ, ਸ਼ਰਬਜੀਤ ਕੌਰ। ਕਿਹੜਾ ਪਿੰਡ ਹੈ ਜੀ? ਹਾਂਜੀ, ਪਿੰਡ ਕਾਂਗਾ ਜੀ। ਜਿਹੜਾ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਸੀ ਉਹ ਕਿਸ ਤਰ੍ਹਾਂ ਹੋਈ ਸੀ? ਇਹ ਘਰੇਲੂ ਝਗੜੇ 'ਚ ਭੱਜ ਗਏ। ਅਤੇ ਕੀ ਕਾਰਵਾਈ ਕੀਤੀ ਪੁਲਿਸ ਨੇ? ਪੁਲਿਸ ਨੇ ਭੱਜ ਕੋਈ ਕਾਰਵਾਈ ਨਹੀਂ ਉਸ ਟਾਈਮ 'ਤੇ, ਕਿ ਗਾੜੀ ਲਾਸ਼ ਪਈ ਸੀ ਅਤੇ ਮੈਂ ਲਾਸ਼ ਵੱਲ ਦੇਖ ਸਕੀ ਹਾਂ। ਭਾਅ ਜੀ, ਕੋਈ ਮੈਨੂੰ ਇਨਸਾਫ ਨਹੀਂ ਹੋਇਆ। ਮੇਰੇ ਬੱਚੇ ਮੇਰੇ ਕੋਲ ਹੀ, ਅਤੇ ਮੇਰੀ ਦਾਦੀ ਮੈਨੂੰ ਅਜੇ ਵੀ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਦੀ ਆ, ਅਤੇ ਮੇਰੀ ਕੋਈ ਵੀ ਕਾਰਵਾਈ ਨਹੀਂ ਹੋਈ। ਮੈਂ ਤਾਂ ਆਪਣੇ ਬੱਚੇ ਪਾਲਣਾ ਚਾਹੁੰਦੀ, ਅਤੇ ਇਹ ਮੈਨੂੰ ਕਹਿੰਦੇ ਕਿ ਮੇਰਾ ਦੂਜਾ ਵਿਆਹ ਕਰਾ ਦੇ, ਅਤੇ ਮੈਂ ਕਰਨਾ ਨਹੀਂ ਚਾਹੁੰਦੀ। ਅਤੇ ਮੇਰੇ ਬੱਚਿਆਂ ਨੂੰ ਧੱਕਾ ਦਿੰਦੇ, ਮੇਰੇ ਅਜੇ ਵੀ ਹੱਥੀਂ ਪੈਰੀ ਬਹੁਤ ਜ਼ਿਆਦਾ ਪੈਂਦੇ ਆ, ਕਿ ਬਈ ਪੁੱਜਦਾ ਪੁੱਪੜੇ ਆ ਉਹ ਵੀ ਮੇਰੇ ਆਣ ਕੇ ਹੱਥੀਂ ਪੈਂਦਾ ਹੈ, ਦੋ ਤਿੰਨ ਵਾਰੀ ਤਾਂ ਮੇਰੇ ਕੱਪੜੇ ਵੀ ਪਾੜ ਚੁੱਕੇ ਆਏ। ਉਹਨਾਂ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਜਿਹੜਾ ਮੇਰੇ ਲੜਕੇ ਨੂੰ ਮਾਰਿਆ ਗਿਆ ਤੁਹਾਡੇ ਵੱਲੋਂ ਅਤੇ ਤੁਹਾਡੀ ਸੱਸ ਸਾਡੇ ਮੰਮੀ ਵੱਲੋਂ ਅਤੇ ਇੱਕ ਸੋਨੂੰ ਵੱਲੋਂ ਰਲ ਕੇ ਮਾਰਿਆ ਗਿਆ? ਨਹੀਂ। ਹਾਂਜੀ ਭਾਅ ਜੀ, ਨਹੀਂ, ਉਹ ਸਾਡੇ ਕੋਈ ਵੀ ਨਹੀਂ ਸੀ ਝਗੜਾ, ਇਹਨਾਂ ਨਾਲ ਹੀ ਝਗੜਾ ਸੀ ਭਾਅ ਜੀ। ਕੀ ਮੰਗ ਕਰਦੇ ਜੀ? ਹਾਂਜੀ, ਮੈਂ ਤਾਂ ਕੋਈ ਨਹੀਂ, ਮੈਂ ਆਉਂਦੀ ਹਾਂ ਕਿ ਮੇਰੇ ਪੁੱਤਾਂ ਨੂੰ ਇਨਸਾਫ ਹੋਣਾ ਚਾਹੀਦਾ, ਮੇਰੇ ਘਰ ਵਾਲਿਆਂ ਦਾ ਵੀ ਇਨਸਾਫ ਹੋਣਾ ਚਾਹੀਦਾ ਭਾਅ ਜੀ। ਹਾਂਜੀ, ਕੀ ਨਾਮ ਜੀ? ਬਲਦੇਵ ਸਿੰਘ ਜੀ। ਕਿਹੜਾ ਪਿੰਡ? ਮੁਗਲ ਚੱਕ ਪਨਵਾ ਜੀ। ਇੱਕ ਤੁਹਾਡੇ 'ਤੇ ਜਿਹੜਾ ਲੜਕੀ ਦੀ ਸੱਸ ਵੱਲੋਂ ਦੋਸ਼ ਲਾਇਆ ਜਾ ਰਿਹਾ ਵੀ ਮੇਰੇ ਲੜਕੇ ਨੂੰ ਇਹਨਾਂ ਮਾਰਿਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਤਾਂ ਇਹ ਗੱਲ 'ਚ ਆਉਣੀ ਚਾਹੁੰਦਾ ਵਾਂ ਵੀ ਇਹ ਬੱਚੇ ਇਹਨਾਂ ਦੇ ਆ, ਇਹਨਾਂ ਦੇ ਰਹਿਣੇ ਆ, ਪਰ ਇਹਨਾਂ ਬੱਚਿਆਂ ਦੇ ਕਰਕੇ ਮੈਂ ਮਿਹਨਤ ਕਰਕੇ ਖਵਾਉਣ ਡਿਆ। ਮੇਰੀ ਧੀ ਨੂੰ ਅਜੇ ਤਾਂ ਇਹ ਪਰੇਸ਼ਾਨੀ ਕਰਨ ਡਿਆ। ਕਿਸ ਤਰ੍ਹਾਂ ਤੁਹਾਡੇ ਜਿਹੜੇ ਜਵਾਈ ਦੀ ਮੌਤ ਹੋਈ ਸੀ? ਵੇਖੋ ਜੀ, ਇਹਨਾਂ ਘਰੇਲੂ ਮਾਮਲੇ 'ਚ ਲੜਾਈ ਝਗੜਾ ਆਇਆ ਵਾ, ਸਾਡਾ ਇਹਦੇ ਵਿੱਚ ਕੋਈ ਧੀ ਦੇ ਕੇ ਜਵਾਈ ਬਣਾਈ ਦਾ, ਅਸੀਂ ਆਉਂਦੇ ਕਿਤੇ ਸਾਡਾ ਜਵਾਈ ਮਰ ਜੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੀ ਰਲੀ ਭੁਗਤ ਨਾਲ ਪੁਲਿਸ ਨਾਲ ਰਲ ਕੇ ਉਹਨਾਂ ਦਾ ਕਤਲ ਕੀਤਾ ਗਿਆ? ਨਹੀਂ ਜੀ, ਕੋਈ ਇਹ ਗੱਲ ਨਹੀਂ ਹੈਗੀ, ਕੋਈ ਪੁਲਿਸ ਦਾ ਕੋਈ ਇਹਦੇ ਵਿੱਚ ਗਲਤੀ ਨਹੀਂ ਹੈਗੀ। ਕੀ ਮੰਗ ਕਰਦੇ ਜੀ? ਮੰਗ ਜੀ ਇਹੋ ਕਰਦੇ, ਸਾਡੀ ਧੀ ਵਸੇ, ਇਹ ਸਾਡੀ ਧੀ ਨੂੰ ਪਰੇਸ਼ਾਨ ਨਾ ਕਰਨ। ਆਹ ਜਿਹੜਾ ਫੁੱਫੜ ਆਉਂਦਾ ਵਈ ਪੂਈ ਵਾਲਾ, ਇਹ ਜੋ ਕਰਦਾ ਇਹ ਕਰਦਾ, ਜਿਹੜੀ ਦਾਦੀ ਆ ਇਹ ਸਾਡੀ ਗੁੱਡੀ ਨੂੰ ਬਹੁਤ ਪਰੇਸ਼ਾਨ ਕਰ ਰਹੀ ਆ, ਇਹ ਤਾਂ ਗੱਲਾਂ ਕਰਦੇ ਨਾ ਇਸ ਤਰ੍ਹਾਂ। ਪਰ ਜੇ ਮੇਰੀ ਧੀ ਨਾਲ ਕੋਈ ਆਮ ਹੱਤਿਆ ਹੋ ਗਈ ਤਾਂ ਦੋਸ਼ੀ ਇਹ ਬਣੇ ਬੰਦੇ ਬਣਾਏ ਜਾਣਗੇ। ਉਹਨਾਂ ਵੱਲੋਂ ਕਿਹਾ ਗਿਆ ਵਾ ਵੀ ਕੁਛ ਦਿਨਾਂ ਤੱਕ ਜਿਹੜੇ ਇਨਸਾਫ ਨਾ ਮਿਲਿਆ ਤੇ ਅਸੀਂ ਤੇਲ ਪਾ ਕੇ ਅੱਗ ਲਾਵਾਂਗੇ, ਤੇ ਜ਼ਿੰਮੇਵਾਰ ਤੁਸੀਂ ਹੋਵੋਗੇ। ਮਹਾਰਾਜ ਜੀ, ਜਦੋਂ ਮਰਜ਼ੀ ਅੱਗ ਲਾ ਕੇ ਮਰ ਜਾਣਾ ਅਸੀਂ, ਹੁਣ ਇਹਨਾਂ ਨੂੰ ਮਾਰਨਾ? ਅਸੀਂ ਚਾਹੁੰਦੇ ਆਪਣੇ ਬੱਚੇ ਪਾਲਣ। ਮੇਰੇ ਵੱਲੋਂ ਬੇਨਤੀ ਇਹ ਆ ਆਪਣੇ ਬੱਚੇ ਪਾਲਣ, ਇਹਨਾਂ ਦੀ ਇਨਸਾਫ ਪਾਲਣ, ਉਹਨਾਂ ਨੂੰ ਦਿਹਾੜੀ ਕਰਕੇ ਅਸੀਂ ਖਵਾਉਣ ਡਏ ਹਾਂ। ਜਿਹੜਾ ਬੰਦਾ ਮਰਨ ਦਿਆ ਆ ਉਹ ਰਿਹਾ ਕਦੋਂ?